ਅਸਲਾਮੁ ਅਲੈਕੁਮ ਜਨਾਬ ਸਾਰਿਆਂ ਦੋਸਤਾਂ ਭਰਾਵਾਂ ਦਾ ਕੀ ਹਾਲ ਹੈ, ਠੀਕ ਠਾਕ ਨੋ, ਖੈਰ ਖਰੀਏ ਚੋ ਨੋ। ਜਨਾਬ ਬੜੀ ਖੂਬਸੂਰਤ ਜਗ੍ਹਾ ਤੇ ਖੜੇ ਆ, ਆੜਾ ਬਸ਼ਾਰਤ ਅਲੀ ਟੱਕੀ ਮਸ਼ਹੂਰੋ ਮਾਰੂਫ, ਜਿੱਥੇ ਡਰਾਈਵਿੰਗ ਕਰਨ ਦਾ ਵੀ ਮਜ਼ਾ ਆਉਂਦਾ ਹੈ। ਜਦੋਂ ਤੁਸੀਂ ਮੋੜ ਚਾੜਦੇ ਹੋ, ਇੱਕ ਵਾਰੀ ਮੋੜ ਦਿਖਾ ਦਿਓ ਸਾਰੇ ਦੋਸਤਾਂ ਯਾਰਾਂ ਨੂੰ, ਬੜਾ ਮਜ਼ਾ ਆਉਂਦਾ ਜੀ ਇੱਥੇ ਡਰਾਈਵਿੰਗ ਕਰਨ ਦਾ ਵੀ। ਔਰ ਨੰਬਰ ਦੋ ਗੱਲ ਇਹ ਹੈ ਕਿ ਬਹੁਤ ਹੀ ਖੂਬਸੂਰਤ ਏਰੀਆ ਹੈ, ਗਰੀਨਰੀ ਗਰੀਨਰੀ ਹੈ, ਪਹਾੜਾਂ ਦਾ ਫੁੱਲ ਦਰੱਖਤ ਲੱਗੇ ਨਾ ਹਰ ਤਰ੍ਹਾਂ, ਜੋ ਕਿ ਬਹੁਤ ਜ਼ਰੂਰੀ ਹੈ ਦਰੱਖਤ ਲਾਉਣਾ। ਅੱਜ ਇੱਧਰ ਸਾਡਾ ਗੁਜ਼ਰਨ ਹੋਇਆ ਸੀ ਚੂਹਾ ਸਾਧਨ ਸ਼ਾਹ, ਤਾਂ ਇੱਥੇ ਰੁਕੇ ਹਾਂ, ਦੇਖਿਆ ਕਿ ਬੜੀ ਬਿਹਤਰੀਨ ਸੀਨਰੀ ਹੈ। ਔਰ ਰਸਤੇ ਵਿੱਚ ਜਨਾਬ ਦਰੱਖਤ ਦਾ ਫਾਇਦਾ ਵੀ ਚੁੱਕਿਆ ਹੈ ਕਿ ਇਹ ਸਨ ਜਨਾਬ ਇੱਥੋਂ ਬੈਰ ਮਿਲੇ ਨੂੰ, ਜਿਹਨੂੰ ਅਸੀਂ ਕੋਕਣ ਕਹਿੰਦੇ ਹਾਂ, ਇਹ ਮਿਲੇ ਨੂੰ। ਇਹਦਾ ਫਾਇਦਾ ਹੁੰਦਾ, ਦਰੱਖਤ ਲਾਉਣ ਦਾ ਇਹ ਫਾਇਦਾ ਹੁੰਦਾ ਕਿ ਜਨਾਬ ਅਗਰ ਤੁਸੀਂ ਦਰੱਖਤ ਲਾਓਗੇ ਉਸਦਾ ਕਿਸੇ ਨਾ ਕਿਸੇ ਤੌਰ 'ਤੇ ਤੁਹਾਨੂੰ ਫਲ ਮਿਲ ਜਾਏਗਾ। ਕੁਝ ਦਰੱਖਤ ਹੁੰਦੇ ਨੇ ਜਿਹੜੇ ਬਜ਼ਾਇਰ ਫਲ ਦਿੰਦੇ ਨੇ, ਜਿਸ ਤਰ੍ਹਾਂ ਇਹ ਹੈ, ਕੁਝ ਦਰੱਖਤ ਹੁੰਦੇ ਨੇ ਜਿਹੜੇ ਆਕਸੀਜਨ ਦੇ ਥਰੂ ਸਾਨੂੰ ਨਿਮਤ ਦਿੰਦੇ ਨੇ, ਫਲ ਦਿੰਦੇ ਨੇ। ਅੱਲਾਹ ਤਾਲਾ ਦੀ ਇੱਕ ਬਹੁਤ ਵੱਡੀ ਨਿਮਤ ਹੈ ਦਰੱਖਤ ਵੀ, ਔਰ ਦਰੱਖਤ ਲਾਉਣੇ ਚਾਹੀਦੇ ਨੇ ਬਜਾਏ ਇਸ ਦੇ ਕਿ ਕੱਟਣੇ ਚਾਹੀਦੇ। ਦਰੱਖਤ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਓ, ਔਰ ਕੱਟਣ ਵਾਲਾ ਜਿਹੜਾ ਕੰਮ ਹੈ ਇਹ ਘੱਟ ਤੋਂ ਘੱਟ ਹੋਵੇ, ਔਰ ਬਲਕਿ ਨਾ ਹੋਵੇ, ਕਿਉਂਕਿ ਜਿੰਨੇ ਦਰੱਖਤ ਕੱਟੀ ਰਹੇ ਨੇ ਇਹ ਸਾਡੇ ਲਈ, ਸਾਡੀ ਸਿਹਤ ਲਈ ਬਹੁਤ ਜ਼ਿਆਦਾ ਨੁਕਸਾਨਦੇਹ ਚੀਜ਼ ਹੈ। ਔਰ ਜਿਸ ਤਰ੍ਹਾਂ ਤੁਸੀਂ ਪਿੱਛੇ ਤੱਕ ਰਹੇ ਹੋ ਕਿ ਬਹੁਤ ਜ਼ਿਆਦਾ ਦਰੱਖਤ ਲੱਗੇ ਨੇ ਇੱਥੇ, ਠੀਕ ਹੈ, ਬਹੁਤ ਹੀ ਜ਼ਿਆਦਾ ਦਰੱਖਤ। ਇਸ ਤਰ੍ਹਾਂ ਸਾਰਿਆਂ ਦੋਸਤਾਂ ਨੂੰ ਚਾਹੀਦਾ ਹੈ ਕਿ ਦਰੱਖਤ ਲਾਉਣ, ਔਰ ਆਪਣੇ ਇਲਾਕੇ ਆਪਣੇ ਮੁਲਕ ਨੂੰ ਬਚਾਉਣ। ਜਿਸ ਤਰ੍ਹਾਂ ਮੇਰਾ ਇਲਾਕਾ ਵੱਗ ਹੈ, ਉਸ ਤਰ੍ਹਾਂ ਸਾਡੇ ਵੱਗ ਦਾ ਵੀ ਪਹਾੜ ਬੜਾ ਖੂਬਸੂਰਤ ਹੈ, ਔਰ ਇਹ ਵੀ ਇਲਾਕਾ ਬਹੁਤ ਖੂਬਸੂਰਤ ਹੈ, ਪਹਾੜ ਜਿਹੜਾ ਬੜਾ ਹੀ ਖੂਬਸੂਰਤ ਇਲਾਕਾ ਹੈ। ਇਸੇ ਤਰ੍ਹਾਂ ਮੇਰੇ ਗ੍ਰਾਂ ਦਾ ਇਲਾਕਾ ਵੱਗ ਹੈ ਚਮਕੌਨ ਵੈਲੀ, ਉਹ ਵੀ ਬਹੁਤ ਖੂਬਸੂਰਤ ਪਹਾੜ ਨੂੰ, ਸੇਮ ਇਹ ਹੀ ਚੀਜ਼ ਜਿਹੜੀ ਹੈ ਉੱਧਰ ਵੀ ਹੈ, ਲੇਕਿਨ ਹਾਈਟ ਇੱਧਰ ਥੋੜ੍ਹੀ ਜ਼ਿਆਦਾ, ਢੱਕੀ ਦੀ ਵਜ੍ਹਾ ਤੋਂ ਮਜ਼ੀਦ ਖੂਬਸੂਰਤੀ ਹੋ ਗਈ ਇਸ ਏਰੀਏ 'ਚ।